बिस्मिल्लाहिर्रहमानिर्रहीम। आज साड़ियाँ सत मशक मुकम्मल हो गई सन, हुण असीं अठवीं मशक शुरू करांगे फे दी। उस तो पहले मैं थोड़ा जिहा दोस्तों नूं पैगाम देना चाहुंदा वां। साडे पेंटर भरा जिहड़े आ ना जी, अजकल उह फ्लैक्स की वजह नाल काम घट वा ते कुछ थोड़ा जिहा परेशान ने, ते मैं मशवरा देंगा कि इहदे दौरान तुसीं ना ਇਹ ਜਿਹੜੇ ਬੱਚਿਆਂ ਨੂੰ ਲਿਖਾਈ ਆ ਤੇ ਕੋਸ਼ਿਸ਼ ਕਰੋ ਕਿ ਜਿੱਥੇ ਜਿੱਥੇ ਵੀ ਤੁਸੀਂ ਹੈ ਜੇ ਬਕਾਇਦਾ ਇਹਦੀ ਕਿਤਾਬ ਕਹੋ ਤੇ ਮੈਂ ਉੱਥੇ ਤੁਹਾਨੂੰ ਪਹੁੰਚਾ ਦਿੰਦਾ ਵਾਂ। ਉਹ ਤੁਸੀਂ ਕਿਤਾਬ ਜਿਹੜੀ ਆ ਤੁਹਾਨੂੰ ਇੰਨੀ ਮਿਹਨਤ ਨਹੀਂ ਕਰਨੀ ਪਏਗੀ ਉਹਦੇ ਵਾਸਤੇ, ਸਿਰਫ ਤੁਹਾਨੂੰ ਥੋੜ੍ਹੀ ਜਿਹੀ ਉਹਨਾਂ ਨੂੰ ਦੱਸਣਾ ਪੈਣਾ ਬੱਚਿਆਂ ਨੂੰ। ਅਤੇ ਬੱਚੇ ਤਾਂ ਮਾਸ਼ਾਅੱਲਾ ਅੱਜ ਕੱਲ੍ਹ ਟੈਲੈਂਟ ਹੀ ਬੜਾ ਵਾ ਅਤੇ ਬੜੀ ਜਲਦੀ ਪਿੱਕ ਕਰਦੇ ਨੇ, ਅਤੇ ਉਹ ਤੁਹਾਡਾ ਸਮਝ ਲਓ ਇਹ ਕਾਰੇ ਖੈਰ ਦੇ ਵਿੱਚ ਤੁਹਾਡਾ ਹਿੱਸਾ ਵੀ ਪੈ ਜਾਏਗਾ ਅਤੇ ਜ਼ਰੀਆ ਮੁਆਸ਼ ਵੀ ਉਹ ਬਣ ਜਾਏਗਾ ਇਨਸ਼ਾਅੱਲਾ। ਅਤੇ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ ਆ। ਮੈਂ ਇਸ ਗਾਓਂ ਤੋਂ ਇੱਕ ਸ਼ੁਰੂ ਕੀਤਾ ਸੀ ਅਤੇ ਅਲਹਮਦੁਲਿਲਾ ਅੱਜ ਗੁਲਾਮ ਅਹਿਮਦਾਬਾਦ ਜਿਹੜੀ ਦੁਕਾਨ ਆ ਉੱਥੇ ਰੋਜ਼ਾਨਾ ਦੇ ਹਿਸਾਬ ਨਾਲ ਕਾਫੀ ਬੱਚੇ ਆਉਂਦੇ ਨੇ ਕਿ ਜਿਹਦੇ ਨਾਲ ਮੇਰਾ ਜਿਹੜਾ ਨਾ ਜ਼ਰੀਆ ਮੁਆਸ਼ ਉਹ ਇਹਦੇ ਨਾਲ ਹੀ ਅਲਹਮਦੁਲਿਲਾ ਚੱਲ ਰਿਹਾ ਵਾ। ਅਤੇ ਮੈਂ ਕਹਾਂਗਾ ਕਿ ਤੁਸੀਂ ਵੀ ਇਹਦੇ ਵਾਸਤੇ ਥੋੜ੍ਹੀ ਜਿਹੀ ਕੋਸ਼ਿਸ਼ ਕਰੋ ਅਤੇ ਮੈਨੂੰ ਫੋਨ ਕਰੋਗੇ, ਮੈਂ ਤੁਹਾਨੂੰ ਕਿਤਾਬ ਵੀ ਪਹੁੰਚਾਵਾਂਗਾ ਔਰ ਜਿਹੜੀ ਨਵੀਂ ਕਿਤਾਬ ਬਣਾਉਣੀ ਆ ਉਹਦੇ ਵਿੱਚ ਤੁਹਾਡਾ ਨਾਮ ਐਡ ਕਰਕੇ ਤੁਹਾਡੀ ਦੁਕਾਨ ਦਾ ਤੁਹਾਡਾ ਫੋਨ ਨੰਬਰ ਐਡ ਕਰ ਦਿੰਦੇ ਹਾਂ ਤਾਂ ਕਿ ਇਹ ਹੋਏਗਾ ਕਿ ਇਹਨਾਂ ਕੋਲ ਕਿਤਾਬ ਵੀ ਮਿਲ ਜਾਂਦੀ ਹੈ, ਅਗਰ ਕਿਸੇ ਨੇ ਮਸ਼ਕ ਨਹੀਂ ਵੀ ਕਰਨੀ ਹੋਵੇਗੀ ਤੁਹਾਡੇ ਕੋਲ ਕਿਤਾਬ ਖਰੀਦ ਸਕਦਾ ਵਾ। ਬਿਸਮਿਲ੍ਲਾਹਿਰਰਹਮਾਨਿਰਰਹੀਮ। ਸਾਡੀ ਅੱਜ ਮਸ਼ਕ ਆ ਮਸ਼ਕ ਨੰਬਰ 8 ਔਰ ਸਬਕ ਨੰਬਰ 72। ਅਸੀਂ ਕੱਲ੍ਹ ਫਾ ਲਿਖਿਆ ਫਬ ਲਿਖਿਆ, ਅੱਜ ਲਿਖਾਂਗੇ ਫੇ ਜੀਵ। ਅਸੀਂ ਜੀ ਫੇ ਜਿਵੇਂ ਫੱਜ, ਇਹਦੇ ਨਾਲ ਦੂਸਰਾ ਲਿਖਾਂਗੇ ਅਸੀਂ ਫੇ ਦਾਲ ਫੱਜ। ਇਹ ਸੀ ਜੀ ਸਾਡੀ ਅੱਜ ਦੀ ਮਸ਼ਕ ਫੇ ਦਾਲ ਫਲ।